ਮਹਾਮਾਰੀ ਦੌਰਾਨ ਐਡਵਾਂਸ ਪੋਲਿੰਗ ਦਾ ਰਸਤਾ ਨਜ਼ਦੀਕ ਆ ਰਿਹਾ ਹੈ। ਲੱਖਾਂ ਕੈਨੇਡੀਅਨ ਵੋਟਿੰਗ ਪ੍ਰਕਿਰਿਆ ਦੇ ਲਈ ਜਾ ਰਹੇ ਨੇ। ਅਜਿਹੇ ਦੇ ਵਿੱਚ ਚੋਣ ਕਮਿਸ਼ਨ ਦੇ ਵੱਲੋਂ ਸਾਰਿਆਂ ਨੂੰ ਸੁਰੱਖਿਅਤ ਵੋਟ ਪੋਲਿੰਗ ਦੀ ਤਾਕੀਦ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਐਡਵਾਂਸ ਪੋਲਿੰਗ ਹਰ ਚੋਣਾਂ ਦੇ ਵਿੱਚ ਕਾਫੀ ਮਹੱਤਵਪੂਰਨ ਹੁੰਦੀ ਹੈ। ਕੋਈ ਵੀ ਵੋਟਰ 13 ਸਤੰਬਰ ਤੱਕ ਆਪਣੀ ਪੋਲਿੰਗ ਸਟੇਸ਼ਨ ਤੇ ਆਪਣੀ ਰਾਈਡਿੰਗ ਦੀ ਐਡਵਾਂਸ ਵੋਟਿੰਗ ਕਰ ਸਕਦਾ ਹੈ। ਵਿਅਕਤੀਗਤ ਰੂਪ ਦੇ ਵਿੱਚ ਵੋਟ ਪਾਉਣ ਦਾ ਸਮਾਂ ਨਜ਼ਦੀਕ ਆ ਗਿਆ ਹੈ। ਲੱਖਾਂ ਕੈਨੇਡੀਅਨ ਸ਼ੁੱਕਰਵਾਰ ਨੂੰ ਵੋਟਿੰਗ ਸਟੇਸ਼ਨਾਂ ਤੇ ਵੋਟ ਪਾਉਣ ਦੇ ਯੋਗ ਹੋਣਗੇ ਕਿਉਂਕਿ ਦੇਸ਼ ਭਰ ਦੇ ਵਿੱਚ ਐਡਵਾਂਸ ਪੋਲ ਖੁੱਲ ਗਏ ਨੇ। ਕੋਈ ਵੀ ਯੋਗ ਵੋਟਰ 13 ਸਤੰਬਰ ਤੱਕ ਆਪਣੀ ਪੋਲਿੰਗ ਸਟੇਸ਼ਨ ਤੇ ਆਪਣੀ ਰਾਈਡਿੰਗ ਦੀ ਐਡਵਾਂਸ ਵੋਟਿੰਗ ਕਰ ਸਕਦਾ ਹੈ। ਇਲੈਕਸ਼ਨ ਕੈਨੇਡਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਐਡਵਾਂਸ ਵੋਟਿੰਗ ਕੈਨੇਡਾ ਦੀਆਂ ਚੋਣਾਂ ਦੇ ਵਿੱਚ ਇੱਕ ਪ੍ਰਸਿੱਧ ਢੰਗ ਸਾਬਿਤ ਹੋ ਰਹੀ ਹੈ। ਉਹਨਾਂ ਦੱਸਿਆ ਕਿ 2019 ਦੀਆਂ ਚੋਣਾਂ ਦੇ ਵਿੱਚ 4,840,000 ਤੇ 300 ਵੋਟਰ ਐਡਵਾਂਸ ਪੋਲਿੰਗ ਲਈ ਗਏ ਸਨ, ਜਦੋਂ ਕਿ 2015 ਦੇ ਵਿੱਚ 3,657,415 ਨੇ ਅਜਿਹਾ ਕੀਤਾ ਸੀ। ਦੇਸ਼ ਦੇ ਵਿੱਚ ਕੋਵਿਡ-19 ਦੀ चौथी लहर है। मॉडल्स ने कहा है कि संभव है कि इस बार एडवांस पोलिंग के लिए वोटिंग दोबारा बढ़े, पर कुछ भी हो सकता है। ਉਹਨਾਂ ਨਾਲ ਹੀ ਕਹਿ ਕੇ ਐਡਵਾਂਸ ਪੋਲਿੰਗ ਸਟੇਸ਼ਨ ਭੀੜ ਭੜੱਕੇ ਵਾਲੇ ਨਹੀਂ ਹੁੰਦੇ ਤੇ ਇਹ ਕੁਸ਼ਲਤਾ ਨਾਲ ਦਾਖਲ ਹੋਣ ਤੇ ਆਪਣੀ ਵੋਟ ਪਾਉਣ ਲਈ ਇੱਕ ਖਾਸ ਤਰੀਕਾ ਹੁੰਦਾ ਹੈ। ਅਸੀਂ ਸੱਚਮੁੱਚ ਲੋਕਾਂ ਨੂੰ ਦੱਸ ਰਹੇ ਹਾਂ ਕਿ ਐਡਵਾਂਸ ਪੋਲ ਤੇ ਚੋਣਾਂ ਦੇ ਦਿਨ ਵਿਅਕਤੀਗਤ ਰੂਪ ਦੇ ਵਿੱਚ ਵੋਟਿੰਗ ਕਰਨਾ ਅਜੇ ਵੀ ਵੋਟ ਪਾਉਣ ਦਾ ਸਭ ਤੋਂ ਸੌਖਾ ਤੇ ਪ੍ਰਭਾਵਸ਼ਾਲੀ ਤਰੀਕਾ ਹੈ। ਕੈਨੇਡਾ 15 ਅਗਸਤ ਤੋਂ ਚੋਣ ਢੰਗ ਦੇ ਵਿੱਚ ਹੈ ਤੇ ਪਾਰਟੀ ਦੇ ਨੇਤਾ ਵੋਟਰਾਂ ਨੂੰ ਆਪਣੇ ਪੱਖ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਵਿੱਚ ਦੇਸ਼ ਦੇ ਦੌਰੇ ਵਿੱਚ ਰੁੱਝੇ ਹੋਏ ਨੇ। ਨੇਤਾਵਾਂ ਨੇ ਬੁੱਧਵਾਰ ਰਾਤ ਨੂੰ ਦੋ ਅਧਿਕਾਰਤ ਬਹਿਸਾਂ ਦੇ ਵਿੱਚੋਂ ਪਹਿਲੇ ਵਿੱਚ ਹਿੱਸਾ ਲਿਆ ਤੇ ਫ੍ਰੈਂਚ ਦੇ ਵਿੱਚ ਵਪਾਰਕ ਬਹਿਸ ਹੋਈ। ਅੰਗਰੇਜ਼ੀ ਭਾਸ਼ਾ ਦੀ ਡਿਬੇਟ ਅੱਜ ਹੋਣ ਜਾ ਰਹੀ ਹੈ। ਇਹ ਡਿਬੇਟ ਉਦੋਂ ਹੋਣ ਜਾ ਰਹੀ ਹੈ ਜਦੋਂ ਕੁਝ ਕੈਨੇਡੀਅਨ ਅਜੇ ਵੀ ਨਹੀਂ ਜਾਣਦੇ ਕਿ ਉਹ ਵੋਟ ਕਿਸ ਨੂੰ ਪਾ ਸਕਦੇ ਨੇ। ਇਪਸੋਸ ਦੇ ਨਵੇਂ ਪੋਲ ਦੇ ਮੁਤਾਬਕ 13% ਮੰਨਦੇ ਨੇ ਕਿ ਉਹ ਅਜੇ ਵੀ ਵੋਟ ਪਾਉਣ ਦਾ ਫੈਸਲਾ ਨਹੀਂ ਕਰ ਪਾਏ। ਲਗਭਗ ਅੱਧੇ ਵੋਟਰਾਂ ਨੂੰ ਵੀ ਦਿਖਾਇਆ ਗਿਆ ਹੈ ਜਿਨ੍ਹਾਂ 'ਚ 47% ਕਿਸੇ ਵੀ ਪਾਰਟੀ ਨੂੰ ਪਸੰਦ ਨਹੀਂ ਕਰਦੇ, ਜਦੋਂ ਕਿ 50% ਨੇ ਕਿਹਾ ਹੈ ਕਿ ਮਹਾਮਾਰੀ ਦੇ ਕਾਰਨ ਇਸ ਸਮੇਂ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ। ਇਸ ਤਰ੍ਹਾਂ ਦੀ ਨੇੜਲੀ ਦੌੜ ਦੇ ਵਿੱਚ ਹਰ ਵੋਟਰ ਦੀ ਗਿਣਤੀ ਹੁੰਦੀ ਹੈ ਤੇ ਹਰ ਵੋਟ ਵੀ ਕਾਊਂਟ ਹੁੰਦੀ ਹੈ। ਨਾਲ ਹੀ ਉਹਨਾਂ ਕਹਿ ਕੇ ਕੈਨੇਡੀਅਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਚੌਥੀ ਲਹਿਰ ਦੌਰਾਨ ਵਿਅਕਤੀਗਤ ਵੋਟਿੰਗ ਸੁਰੱਖਿਅਤ ਰਹੇਗੀ। ਉਹਨਾਂ ਨੇ ਵਿਅਕਤੀਗਤ ਵੋਟਿੰਗ ਦੀ ਤੁਲਨਾ ਗਰੋਸਰੀ ਸਟੋਰ ਦੇ ਨਾਲ ਕੀਤੀ ਤੇ ਵੋਟਰ ਇਲੈਕਸ਼ਨਸ ਕੈਨੇਡਾ ਸਟਾਫ ਤੋਂ ਸਾਰੇ ਸਿਹਤ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਉਮੀਦ ਉਹਨਾਂ ਕਿਹਾ ਕਰ ਸਕਦੇ ਨੇ। ਉਦਾਹਰਣ ਵਜੋਂ ਉਹਨਾਂ ਕਿਹਾ ਕਿ ਕੈਨੇਡੀਅਨ ਪੋਲ ਵਰਕਰਾਂ ਤੋਂ ਫੇਸ ਮਾਸਕ ਪਾਉਣ ਦੀ ਉਮੀਦ ਕਰ ਸਕਦੇ ਨੇ ਤੇ ਉਹ ਪਲੈਕਸੀਗਲਾਸ ਦੇ ਪਿੱਛੇ ਹੋਣਗੇ। ਇੱਥੇ ਸੁਰੱਖਿਆ ਸਟੇਸ਼ਨ ਵੀ ਹੋਣਗੇ ਤੇ ਸਮਾਜਿਕ ਦੂਰੀਆਂ ਲਾਗੂ ਕੀਤੀਆਂ ਜਾਣਗੀਆਂ। ਮਦਲਸੇ ਨੇ ਕਿਹਾ ਹੈ ਕਿ ਇੱਕ ਵਾਰ ਜਦੋਂ ਤੁਸੀਂ ਆਪਣੇ ਆਪ ਦੀ ਜਾਂਚ ਕਰ ਲਓ ਤਾਂ ਤੁਸੀਂ ਸੱਚਮੁੱਚ ਬਹੁਤ ਲੰਬੇ ਸਮੇਂ ਲਈ ਉੱਥੇ ਹੋਵੋਗੇ। ਅਸਲ ਵਿੱਚ ਵੋਟ ਪਾਉਣ ਦੀ ਪ੍ਰਕਿਰਿਆ ਮਹਿਜ਼ 5 ਮਿੰਟ ਦੀ ਹੀ ਹੁੰਦੀ ਹੈ। ਇਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।